जिन्ने भी जिदा बिहार यूपी बंगाल एरा वगैरह जिन्ने भी इलाके आ भुखमरे देश आंजाब दीमक की तरह आगे चिमड़ गए लाने के सरकार ने काम अही धक्के खान डे साडे घर आटा है नहीं अही तां आए हैं काम से एहो जे कारीगर हैं जेडे भैन जो पंजाबी तुसी गल छड़ दो इस टाइम बेचारे पंजाबी मुंडे बेरगजार होए फिरदे आ हूं दिहाड़िया लाने आए है जगह दीमक भेजती है दीमक अंग्रेज ते आए नी हां अंग्रेज ते आए नी दीमक लग गई है जिदा लकड़ नू लगती है 300 बंदा ढाडे सामने खड़ा है बहरला खड़ा बहरलियां स्टेटा का ਉਹਨਾਂ ਕੋਲ ਇੱਥੇ ਕੰਮ ਕਾਰ ਲੈ ਨਹੀਂ ਗਏ ਤੇ ਪੰਜਾਬੀ ਵਿਚਾਰੇ ਧੱਕੇ ਖਾਣ ਦੇ ਮੁੜ ਜਾਂਦੇ ਇਹ ਦਿਹਾੜੀ ਲੱਗ ਜਾਂਦੀ ਤੁਹਾਡੀ ਰੋਜ਼ ਜਾਂ ਕਿੱਦਾਂ ਲੱਗਦੀ ਹੈ ਕਿਤੇ ਮਹੀਨੇ 'ਚ 10 ਕੇ ਦਿਹਾੜੀਆਂ ਲਾਈ ਦੀਆਂ ਰੋਟੀ ਦਾ ਰਗਜ਼ਾਰ ਬਸ ਆਪਣਾ ਚਲਾਉਂਦੇ ਦੋ ਆਟੋ ਭਰ ਕੇ ਚੱਲ ਗਏ ਪ੍ਰਵਾਸੀਆਂ ਦੇ ਜੀ ਬਾਈ ਇੱਥੇ ਜਾਂਦੇ ਰਹਿੰਦੇ ਆ ਜੀ ਇਹਨਾਂ ਦੇ ਲੈਂਟਰ ਵਾਲਿਆਂ ਦੇ ਕਿਵੇਂ ਦੇਖਦੇ ਹੋ ਜੀ ਤੁਸੀਂ ਅੱਜ ਇੱਥੇ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਪੰਜਾਬੀ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਨੇ ਦੇਖੋ ਜੀ ਬਾਹਰਲੇ ਜਿੰਨੇ ਵੀ ਜਿੱਦਾਂ ਬਿਹਾਰ ਯੂਪੀ ਬੰਗਾਲ ਐਰਾ ਵਗੈਰਾ ਜਿੰਨੇ ਵੀ ਇਲਾਕੇ ਆ ਭੁੱਖਮਰੇ ਦੇਸ਼ ਆ ਉਹ ਪੰਜਾਬ ਨੂੰ ਦੀਮਕ ਦੀ ਤਰ੍ਹਾਂ ਆ ਕੇ ਚਿੰਬੜ ਗਏ ਆ ਹੁਣ ਲਾਉਣੇ ਕਹਿੰਦਾ ਸਰਕਾਰਾਂ ਦਾ ਕੰਮ ਸਰਕਾਰਾਂ ਹੈਗੀਆਂ फिर बन जांदा बूरा ओदा बन गया पंजाब दा बूरा अच्छा जी ते तुहाडे नाल हड बीती है कदी होई कोई लै हड बीती इथे बिलकुल मैं कहण डिया बई ਨਾਲ ਜੱਗ ਵੀ ਬੀਤਣ ਡਿਆ ਹੱਡ ਤਾਂ ਦੂਰ ਦੀਆਂ ਗੱਲਾਂ ਰਹਿ ਗਈਆਂ ਇਹ ਜਦੋਂ ਹੁਣ ਪੰਜਾਬੀ ਆ ਮੁੰਡਾ ਨੌਜਵਾਨ ਹੈ ਦੇਖੋ ਉਹ ਦਿਹਾੜੀਆਂ ਕਰਨ ਡਿਆ ਇਹ ਬੇਰੁਜ਼ਗਾਰੀ ਕਰਕੇ ਬੇਰੁਜ਼ਗਾਰੀ ਕਰਕੇ ਜਾਂ ਇਹ ਜੰਗ 3500 ਬੰਦਾ ਤੁਹਾਡੇ ਸਾਹਮਣੇ ਖੜਾ ਹੈ ਬਾਹਰਲਾ ਖੜਾ ਬਾਹਰਲੀਆਂ ਸਟੇਟਾਂ ਦਾ ਉਹਨਾਂ ਕੋਲ ਇੱਥੇ ਕੰਮ ਕਾਰ ਲੈ ਨਹੀਂ ਗਏ ਤੇ ਪੰਜਾਬੀ ਵਿਚਾਰੇ ਧੱਕੇ ਖਾਣ ਡਿਆ ਮੁੜ ਜਾਂਦੇ ਇਹ ਦਿਹਾੜੀ ਲੱਗ ਜਾਂਦੀ ਤੁਹਾਡੀ ਰੋਜ਼ ਜਾਂ ਕਿੱਦਾਂ ਲੱਗਦੀ ਹੈ ਕਿਤੇ ਮਹੀਨੇ 'ਚ 10 ਕੇ ਦਿਹਾੜੀਆਂ ਲਾਈ ਦੀਆਂ ਰੋਟੀ ਦਾ ਰਗਜ਼ਾਰ ਬਸ ਆਪਣਾ ਚਲਾਉਂਦੇ ਦੋ ਆਟੋ ਭਰ ਕੇ ਚੱਲ ਗਏ ਪ੍ਰਵਾਸੀਆਂ ਦੇ ਜੀ ਬਾਈ ਇੱਥੇ ਜਾਂਦੇ ਰਹਿੰਦੇ ਆ ਜੀ ਇਹਨਾਂ ਦੇ ਲੈਂਟਰ ਵਾਲਿਆਂ ਦੇ ਕਿਉਂ ਪਤਾ ਗੱਲ ਕੀ ਹੈ ਲੈਂਟਰ ਵਾਲੇ ਪੰਜਾਬੀ ਠੇਕੇਦਾਰ ਸੀ ਬਿਲਡਿੰਗ ਦੇ ਪੰਜਾਬੀ ਠੇਕੇਦਾਰ ਸੀ ਇਹੋ ਜਿਹੇ ਕਾਰੀਗਰ ਹਨ ਜਿਹੜੇ ਭੈਣ ਚੋ ਪੰਜਾਬੀ ਤੁਸੀਂ ਗੱਲ ਛੱਡ ਦਿਓ ਇਸ ਟਾਈਮ ਵਿਚਾਰੇ ਪੰਜਾਬੀ ਮੁੰਡੇ ਬੇਰਗਜ਼ਾਰ ਹੋਏ ਫਿਰਦੇ ਆ ਤੇ ਹੁਣ ਉਹ ਦਿਹਾੜੀਆਂ ਲਾਉਣ ਤੇ ਆਏ ਆ ਉਹਦਾ ਕਾਰਨ ਕੀ ਮੰਨਦੇ ਹੋ ਬੇਰੁਜ਼ਗਾਰ ਉਹਦਾ ਕਾਰਨ ਇਹ ਆ ਕਿ ਦੇਖ ਲਓ ਪੰਜਾਬ ਸਰਕਾਰ ਅਗਰ ਦੇਖ ਸਕਦੀ ਹੈ ਬਈ ਕਿੰਨਾ ਬਾਹਰੋਂ ਬੰਦਾ ਆਇਆ ਦਾ ਪੰਜਾਬੀਆਂ ਨੂੰ ਕੰਮ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਇਹ ਉਹ ਆਪ ਦੇਖ ਲੈਣ ਕਿਉਂਕਿ ਅੰਨੇ ਆ ਅੰਨੇ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਗੋਰੇ ਆਉਣਗੇ ਇੱਥੇ ਕੰਮ ਕਰਨ ਵਾਸਤੇ ਵਿਦੇਸ਼ਾਂ ਚੋਂ ਅੰਗਰੇਜ਼ ਆਇਆ ਕਰਨਗੇ ਕਹਿੰਦੇ ਸੀ ਕੰਮ ਕਰਨ ਵਾਸਤੇ ਅੰਗਰੇਜ਼ ਦੀ ਜਗ੍ਹਾ ਉਹਨਾਂ ਦੀਮਕ ਭੇਜਤੀ ਹੈ ਦੀਮਕ ਅੰਗਰੇਜ਼ ਤੇ ਆਏ ਨਹੀਂ ਹਾਂ ਅੰਗਰੇਜ਼ ਤੇ ਆਏ ਨਹੀਂ ਦੀਮਕ ਲੱਗ ਗਈ ਹੈ ਜਿੱਦਾਂ ਲੱਕੜ ਨੂੰ ਲੱਗਦੀ ਹੈ ਉੱਦਾਂ ਪੰਜਾਬ ਨੂੰ ਲੱਗ ਗਈ ਹੈ ਭਗਵੰਤ ਮਾਨ ਦੇ ਕੰਨਾਂ ਤੱਕ ਇਹ ਗੱਲ ਨਹੀਂ ਰੜਕ ਸਕਦੀ ਇਹ ਹੱਲ ਕਿਵੇਂ ਹੋਊਗਾ ਇਹ ਸਿਉਂਕ ਨੂੰ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਸਿਉਂਕ ਤੋਂ ਇਹ ਇਦਾਂ ਹੱਲ ਹੋ ਸਕਦਾ ਹੈ ਕਿ ਭਗਵੰਤ ਮਾਨ ਨੂੰ ਨਾ 6 ਮਹੀਨੇ ਅੰਦਰੋਂ ਕਮਰਿਆਂ ਬੰਦ ਕਰਕੇ ਬਾਹਰ ਨਾ ਆਉਣ ਦੇਣ ਫਿਰ ਹੋ ਜਾਏਗਾ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਵੈਸੇ ਲੋਕਾਂ ਨੂੰ ਨਹੀਂ ਮੈਂ ਭਗਵੰਤ ਮਾਨ ਨੂੰ ਦੇਣਾ ਚਾਹੁੰਦਾ ਲੋਕੀ ਜੋ ਭੁੱਖੇ ਮਰਨ ਡਏ ਆ ਉਹਨਾਂ ਕੋਲ ਸੰਦੇਸ਼ਾ ਦੇਣ ਦੀ ਲੋੜ ਨਹੀਂ ਪੈਣੀ ਅੱਜ ਸਰਕਾਰੀ ਛੁੱਟੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਬਾਪੂ ਜੀ ਲੋਕੀ ਕਹਿੰਦੇ ਵੀ ਸਰਕਾਰੀ ਦਫ਼ਤਰ ਬੰਦ ਨੇ ਤਾਂ ਮਜ਼ਦੂਰ ਅੱਜ ਦਿਹਾੜੀ ਕਰਨ ਜਾਣਗੇ ਅਸੀਂ ਧੱਕੇ ਖਾਣ ਡਿਆ ਸਾਡੇ ਘਰ ਆਟਾ ਹੈ ਨਹੀਂ ਅਸੀਂ ਤਾਂ ਆਏ ਹਾਂ ਕੰਮ ਤੇ ਹਾਂ ਜਾਂ ਤੇ ਫਿਰ ਤੂੰ ਦੇ ਜਾ ਆਟਾ ਅੱਜ ਆਇਆ ਤੇ ਹੈਗਾ ਹੀ ਆ ਮੈਨੂੰ ਕਹਿ ਰਹੇ ਹੋ ਜੀ ਹੋਰ ਦੇਖੋ ਪੈਸੇ ਹੋਣੇ ਹੀ ਆ ਤੈਨੂੰ ਤਾਂ ਭਗਵੰਤ ਮਾਨ ਨੇ ਭੇਜਿਆ ਹੋਊ ਨਹੀਂ ਨਹੀਂ ਮੈਨੂੰ ਨਹੀਂ ਜੀ ਆਪਾਂ ਲੋਕਾਂ ਦੀ ਗੱਲ ਰੱਖਣ ਵਾਸਤੇ ਆਏ ਆ ਤੁਹਾਡੇ ਵਾਸਤੇ ਆਏ ਲੋਕਾਂ ਦੀ ਗੱਲ ਸੁਣਨੀ ਨਹੀਂ ਸਰਕਾਰ ਨੇ ਜੀ ਕਾਰਨ ਕੀ ਮੰਨਦੇ ਹੋ ਉਹਨਾਂ ਦੇ ਵੋਟਾਂ ਚਾਹੀਦੀਆਂ ਜਲੰਧਰ ਜੀ ਵਿੱਚ ਇਲੈਕਸ਼ਨ ਆ ਰਹੇ ਨੇ ਜਿਮਨੀ ਚੋਣ ਤੁਸੀਂ ਜਲੰਧਰ ਤੋਂ ਹੀ ਹੋ ਹਾਂ ਗੜੇ ਤੋਂ ਆ ਇੱਥੇ ਅੱਛਾ ਕਿਵੇਂ ਦੇਖਦੇ ਹੋ ਮਾਹੌਲ ਕੀ ਕਹਿ ਰਿਹਾ ਜਲੰਧਰ ਦਾ ਮਾਹੌਲ ਇਹ ਕਹਿ ਰਿਹਾ ਕਿ ਮੇਰਾ ਖਿਆਲ ਨਾਲ ਭਗਵੰਤ ਮਾਨ ਨੂੰ ਤੇ ਵੋਟ ਨਾਲ ਜਿਹੜੀ ਗਲਤੀ ਨਾ ਮਿਨੀ ਪਾਉਣੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਅੱਜ ਲੇਬਰ ਦਿਵਸ ਹੈਗਾ ਆ ਕੀ ਕਹਿਣਾ ਚਾਹੋਗੇ ਜੀ ਤੁਸੀਂ ਕਹਿਣਾ ਕਿਆ ਹੈ ਮੈਂ ਤਾਂ ਵੈਸੇ ਤੁਹਾਨੂੰ ਗੱਲ ਦੱਸ ਦਿੰਦਾ ਉਦਾਹਰਣ ਤੌਰ ਤੇ ਵੀ ਆ ਜਿਹੜਾ ਹੁਣ ਇਹਨਾਂ ਦਾ ਬਈਆਂ ਦਾ ਰੋਲਾ ਇਹ ਆਪਣੇ ਜਾ ਕੇ ਮਿਨਿਸਟਰਾਂ ਨਾਲ ਗੱਲ ਘੁੱਟਣ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਦੱਸਣ ਉਹਨਾਂ ਨੇ ਜਾ ਕੇ ਜਿਹੜਾ ਰੋਸ ਮਜਾਰੇ ਆ ਕੰਨ ਜਾ ਕੇ ਹੈ ਕਿ ਨਹੀਂ ਉਹਨਾਂ ਆਪੇ ਹੀ ਮਿਨਿਸਟਰ ਕੁਛ ਕਰਨ ਇਹਨਾਂ ਵਾਸਤੇ ਸੋਚਣ ਕਰਨ ਕੁਛ ਆਪਣੀ ਸਟੇਟ ਵਾਸਤੇ ਜਿੰਨੀ ਬੇਰੁਜ਼ਗਾਰੀ ਇੱਧਰ ਆ ਕੇ ਪਾਈ ਹੋਈ ਹੈ ਤੇ ਪੰਜਾਬੀ ਤੁਹਾਨੂੰ ਘੱਟ ਇੱਥੇ ਕਿਉਂ ਦੇਖਣ ਨੂੰ ਮਿਲ ਰਹੇ ਪੰਜਾਬੀਆਂ ਦਾ ਕੀ ਕਾਰਨ ਹੈ ਜਿਹੜਾ ਇੱਥੇ ਲੇਬਰ ਨਹੀਂ ਕਰ ਰਹੇ ਪੰਜਾਬੀ ਵੈਸੇ ਜਨਸੰਖਿਆ ਦੇ ਹਿਸਾਬ ਨਾਲ ਆਲਿਆ ਨਾ ਜਨਸੰਖਿਆ ਜਿੱਦਾਂ ਕੋਈ ਆਪਣੇ ਕੋਈ ਵਿਦੇਸ਼ਾਂ 'ਚ ਗਿਆ ਹੋਇਆ ਕੋਈ ਕਿਸੇ ਪਾਸੇ ਲੱਗਾ ਹੋਇਆ ਕੋਈ ਤਾਂ ਆਪਣਾ ਟਾਈਮ ਪਾਸ ਕਰ ਰਿਹਾ ਹੈ
ਜ਼ਰੂਰੀ ਨਹੀਂ ਆਪਾਂ ਕਹਿ ਸਕਦੇ ਹੈਗੇ ਬਹੁਤ ਸਾਰੇ ਲੋਕ ਹੈਗੇ ਆ ਜਿਹਨੇ ਹੁਣ ਬੇਰੁਜ਼ਗਾਰ ਜ਼ਿਆਦਾ ਹੈਗੇ ਬੇਰੁਜ਼ਗਾਰੀ ਜ਼ਿਆਦਾ ਹੈ ਅਜੇ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਆ ਮਜ਼ਦੂਰ ਆ ਕੰਮ ਤੇ ਆ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਛੁੱਟੀ ਹੈਗੀ ਹੁਣ ਮਜ਼ਬੂਰੀ ਆ ਜਿਹੜਾ ਇਹਨਾਂ ਗੁਜ਼ਾਰਾ ਨਹੀਂ ਗਾ ਜੇ ਇੰਨੇ ਬੈਨੀਫਿਟ ਹੋ ਗਏ ਉ
ਬਹੁਤਾ ਬੋਲਣ ਚੱਕਰ ਹੋਵੇ, ਬਾਣੀ 'ਚ ਵੀ ਲਿਖਿਆ ਹੋਇਆ ਬਹੁਤਾ, ਜੇ ਆਪਾਂ ਰੌਲਾ ਪਾਵਾਂਗੇ ਉਹਦੇ ਨਾਲ ਸਾਨੂੰ ਘਾਟਾ ਹੀ ਆ। ਕਿੰਨੀ ਉਮਰ ਬਾਪੂ ਜੀ ਤੁਹਾਡੀ? ਸਾਡੀ ਹੈਗੀ ਆ 70 ਸਾਲ ਦੀ ਉਮਰ। ਮਿਸਤਰੀ ਦਾ ਕੰਮ ਕਰਦੇ ਤੁਸੀਂ? ਇਹ ਕੰਮ ਕਰੀ। ਅੱਛਾ ਜੀ, ਜਿੰਨੇ ਵੀ ਜਿੱਦਾਂ ਬਿਹਾਰ, ਯੂਪੀ, ਬੰਗਾਲ, ਐਰਾ ਵਗੈਰਾ ਜਿੰਨੇ ਵੀ ਇਲਾਕੇ ਆ, ਭੁੱਖਮਰੇ ਦੇਸ਼ ਆ, ਉਹ ਪੰਜਾਬ ਨੂੰ ਦਿਮਕ ਦੀ ਤਰ੍ਹਾਂ ਆ ਕੇ ਚਿੰਬੜ ਗਏ ਆ। ਹੁਣ ਲਾਉਣੇ ਕਿੱਦਾਂ ਇਹ ਸਰਕਾਰਾਂ ਦਾ ਕੰਮ? ਅਸੀਂ ਧੱਕੇ ਖਾਣ ਡਿਆ, ਸਾਡੇ ਘਰ ਆਟਾ ਹੈ ਨਹੀਂ, ਅਸੀਂ ਤਾਂ ਆਏ ਹਾਂ ਕੰਮ ਤੇ। ਇਹੋ ਜਿਹੇ ਕਾਰੀਗਰ ਹਨ ਜਿਹੜੇ ਭੈਣ ਚੋ ਪੰਜਾਬੀ ਤੁਸੀਂ ਗੱਲ ਛੱਡ ਦਿਉ, ਇਸ ਟਾਈਮ ਵਿਚਾਰੇ ਪੰਜਾਬੀ ਮੁੰਡੇ ਬੇਰੁਜ਼ਗਾਰ ਹੋਏ ਫਿਰਦੇ ਆ, ਤੇ ਹੁਣ ਉਹ ਦਿਹਾੜੀਆਂ ਲਾਉਣ ਤੇ ਆਏ ਆ। ਉਹਦੀ ਜਗ੍ਹਾ ਉਹਨਾਂ ਦੀਮਕ ਭੇਜਤੀ ਜੇ, ਦੀਮਕ ਅੰਗਰੇਜ਼ ਤੇ ਆਏ ਨੀ, ਹਾਂ ਅੰਗਰੇਜ਼ ਤੇ ਆਏ ਨੀ, ਦੀਮਕ ਲੱਗ ਗਈ ਹੈ ਜਿੱਦਾਂ ਲੱਕੜ ਨੂੰ ਲੱਗਦੀ ਹੈ। 300 ਬੰਦਾ ਤੁਹਾਡੇ ਸਾਹਮਣੇ ਖੜਾ ਹੈ, ਬਾਹਰਲਾ ਖੜਾ, ਬਾਹਰਲੀਆਂ ਸਟੇਟਾਂ ਦਾ, ਉਹਨਾਂ ਕੋਲ ਇੱਥੇ ਕੰਮ ਕਾਰ ਲੈ ਨਹੀਂ ਗੇ, ਤੇ ਪੰਜਾਬੀ ਵਿਚਾਰੇ ਧੱਕੇ ਖਾਣ ਡੇ ਮੁੜ ਜਾਂਦੇ। ਇਹ ਦਿਹਾੜੀ ਲੱਗ ਜਾਂਦੀ ਤੁਹਾਡੀ ਰੋਜ਼ ਕਿੱਦਾਂ ਲੱਗਦੀ ਹੈ? ਕਿਤੇ ਮਹੀਨੇ 'ਚ 10 ਕੁ ਦਿਹਾੜੀਆਂ ਲਾਈ ਦੀਆਂ, ਰੋਟੀ ਦਾ ਰੁਜ਼ਗਾਰ ਬਸ ਆਪਣਾ ਚਲਾਉਂਦੇ। ਦੋ ਆਟੋ ਭਰ ਕੇ ਚੱਲ ਗਏ ਪ੍ਰਵਾਸੀਆਂ ਦੇ ਜੀ? ਬਸ ਇੱਥੇ ਜਾਂਦੇ ਰਹਿੰਦੇ ਆ ਜੀ, ਇਹਨਾਂ ਦੇ ਲੈਂਟਰ ਵਾਲਿਆਂ ਦੇ। ਕਿਵੇਂ ਦੇਖਦੇ ਹੋ ਜੀ ਤੁਸੀਂ ਅੱਜ ਇੱਥੇ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ, ਪੰਜਾਬੀ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਨੇ? ਦੇਖੋ ਜੀ, ਬਾਹਰਲੇ ਜਿੰਨੇ ਵੀ ਜਿੱਦਾਂ ਬਿਹਾਰ, ਯੂਪੀ, ਬੰਗਾਲ, ਐਰਾ ਵਗੈਰਾ ਜਿੰਨੇ ਵੀ ਇਲਾਕੇ ਆ, ਭੁੱਖਮਰੇ ਦੇਸ਼ ਆ, ਉਹ ਪੰਜਾਬ ਨੂੰ ਦਿਮਕ ਦੀ ਤਰ੍ਹਾਂ ਆ ਕੇ ਚਿੰਬੜ ਗਏ ਆ। ਹੁਣ ਲਾਉਣੇ ਕਿੱਦਾਂ ਇਹ ਸਰਕਾਰਾਂ ਦਾ ਕੰਮ? ਸਰਕਾਰਾਂ ਹੈਗੀਆਂ ਲੱਕੜ ਨੂੰ, ਜੇ ਘੁਣ ਲੱਗ ਜਾਵੇ ਤਾਂ ਉਹ ਲੱਕੜ ਨੂੰ ਖਾ ਜਾਂਦਾ, ਲੱਕੜ ਦਾ ਫਿਰ ਉਹ ਬਣ ਜਾਂਦਾ ਬੂਰਾ, ਉਹਦਾ ਬਣ ਗਿਆ ਪੰਜਾਬ ਦਾ ਬੂਰਾ। ਅੱਛਾ ਜੀ, ਤੇ ਤੁਹਾਡੇ ਨਾਲ ਹੱਡ ਬੀਤੀ ਆ ਕਦੀ ਹੋਈ ਕੋਈ? ਲੈ ਹੱਡ ਬੀਤੀ ਇੱਥੇ ਬਿਲਕੁਲ, ਮੈਂ ਕਹਿਣ ਡਿਆ ਬਈ ਨਾਲ ਜੱਗ ਵੀ ਬੀਤਣ ਡਿਆ, ਹੱਡ ਤਾਂ ਦੂਰ ਦੀਆਂ ਗੱਲਾਂ ਰਹਿ ਗਈਆਂ। ਇਹ ਜਦੋਂ ਹੁਣ ਪੰਜਾਬੀ ਆ ਮੁੰਡਾ ਨੌਜਵਾਨ ਹੈ, ਦੇਖੋ ਉਹ ਦਿਹਾੜੀਆਂ ਕਰਨ ਡਿਆ, ਇਹ ਬੇਰੁਜ਼ਗਾਰੀ ਕਰਕੇ ਪੈਂਤੀ ਸੌ ਬੰਦਾ ਤੁਹਾਡੇ ਸਾਹਮਣੇ ਖੜਾ ਹੈ, ਬਾਹਰਲਾ ਖੜਾ, ਬਾਹਰਲੀਆਂ ਸਟੇਟਾਂ ਦਾ, ਉਹਨਾਂ ਕੋਲ ਇੱਥੇ ਕੰਮ ਕਾਰ ਲੈ ਨਹੀਂ ਗੇ, ਤੇ ਪੰਜਾਬੀ ਵਿਚਾਰੇ ਧੱਕੇ ਖਾਣ ਡਿਆ ਮੁੜ ਜਾਂਦੇ। ਇਹ ਦਿਹਾੜੀ ਲੱਗ ਜਾਂਦੀ ਤੁਹਾਡੀ ਰੋਜ਼ ਕਿੱਦਾਂ ਲੱਗਦੀ ਹੈ? ਕਿਤੇ ਮਹੀਨੇ 'ਚ 10 ਕੁ ਦਿਹਾੜੀਆਂ ਲਾਈ ਦੀਆਂ, ਰੋਟੀ ਦਾ ਰੁਜ਼ਗਾਰ ਬਸ ਆਪਣਾ ਚਲਾਉਂਦੇ। ਦੋ ਆਟੋ ਭਰ ਕੇ ਚੱਲ ਗਏ ਪ੍ਰਵਾਸੀਆਂ ਦੇ ਜੀ? ਬਸ ਇੱਥੇ ਜਾਂਦੇ ਰਹਿੰਦੇ ਆ ਜੀ, ਇਹਨਾਂ ਦੇ ਲੈਂਟਰ ਵਾਲਿਆਂ ਦੇ। ਕਿਉਂ ਪਤਾ ਗੱਲ ਕੀ ਹੈ, ਲੈਂਟਰ ਵਾਲੇ ਪੰਜਾਬੀ ਠੇਕੇਦਾਰ ਸੀ, ਬਿਲਡਿੰਗ ਦੇ ਪੰਜਾਬੀ ਠੇਕੇਦਾਰ ਸੀ। ਇਹੋ ਜਿਹੇ ਕਾਰੀਗਰ ਹਨ ਜਿਹੜੇ ਭੈਣ ਚੋ ਪੰਜਾਬੀ ਤੁਸੀਂ ਗੱਲ ਛੱਡ ਦਿਉ, ਇਸ ਟਾਈਮ ਵਿਚਾਰੇ ਪੰਜਾਬੀ ਮੁੰਡੇ ਬੇਰੁਜ਼ਗਾਰ ਹੋਏ ਫਿਰਦੇ ਆ, ਤੇ ਹੁਣ ਉਹ ਦਿਹਾੜੀਆਂ ਲਾਉਣ ਤੇ ਆਏ ਆ। ਉਹਦਾ ਕਾਰਨ ਕੀ ਮੰਨਦੇ ਹੋ ਬੇਰੁਜ਼ਗਾਰ? ਉਹਦਾ ਕਾਰਨ ਇਹ ਆ ਕਿ ਦੇਖ ਲਓ, ਪੰਜਾਬ ਸਰਕਾਰ ਅਗਰ ਦੇਖ ਸਕਦੀ ਹੈ ਬਈ ਕਿੰਨਾ ਬਾਹਰੋਂ ਬੰਦਾ ਆਇਆ ਦਾ, ਪੰਜਾਬੀਆਂ ਨੂੰ ਕੰਮ ਮਿਲ ਸਕਦਾ ਕਿ ਨਹੀਂ ਮਿਲ ਸਕਦਾ, ਇਹ ਉਹ ਆਪ ਦੇਖ ਲੈਣ। ਕਿਉਂਕਿ ਅੰਨੇ ਆ, ਅੰਨੇ ਜਿਹਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਗੋਰੇ ਆਉਣਗੇ ਇੱਥੇ ਕੰਮ ਕਰਨ ਵਾਸਤੇ, ਵਿਦੇਸ਼ਾਂ ਚੋਂ ਅੰਗਰੇਜ਼ ਆਇਆ ਕਰਨਗੇ ਕਹਿੰਦੇ ਸੀ ਕੰਮ ਕਰਨ। ਅੰਗਰੇਜ਼ ਦੀ ਜਗ੍ਹਾ ਉਹਨਾਂ ਦੀਮਕ ਭੇਜਤੀ ਜੇ, ਦੀਮਕ ਅੰਗਰੇਜ਼ ਤੇ ਆਏ ਨੀ, ਹਾਂ ਅੰਗਰੇਜ਼ ਤੇ ਆਏ ਨੀ, ਦੀਮਕ ਲੱਗ ਗਈ ਹੈ ਜਿੱਦਾਂ ਲੱਕੜ ਨੂੰ ਲੱਗਦੀ ਹੈ, ਉੱਦਾਂ ਪੰਜਾਬ ਨੂੰ ਲੱਗ ਗਈ ਹੈ। ਭਗਵੰਤ ਮਾਨ ਦੇ ਕੰਨਾਂ ਤੱਕ ਇਹ ਗੱਲ ਨਹੀਂ ਰੜਕ ਸਕਦੀ। ਇਹ ਹੱਲ ਕਿਵੇਂ ਹੋਊਗਾ, ਇਹ ਸਿਉਂਕ ਨੂੰ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਸਿਉਂਕ ਤੋਂ? ਇਹ ਇੱਦਾਂ ਹੱਲ ਹੋ ਸਕਦਾ ਹੈ ਕਿ ਭਗਵੰਤ ਮਾਨ ਨੂੰ ਨਾ 6 ਮਹੀਨੇ ਅੰਦਰੋਂ ਕਮਰਿਆਂ ਬੰਦ ਕਰਕੇ ਉੱਥੋਂ ਬਾਹਰ ਨਾ ਆਉਣ ਦੇਣ, ਫਿਰ ਹੋ ਜਾਏਗਾ। ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ? ਵੈਸੇ ਲੋਕਾਂ ਨੂੰ ਨਹੀਂ, ਮੈਂ ਭਗਵੰਤ ਮਾਨ ਨੂੰ ਦੇਣਾ ਚਾਹੁੰਦਾ, ਲੋਕੀ ਜੋ ਭੁੱਖੇ ਮਰਨ ਡਏ ਆ ਉਹਨਾਂ ਕੋਲ ਸੰਦੇਸ਼ਾ ਦੇਣ ਦੀ ਲੋੜ ਨਹੀਂ ਪੈਣੀ। ਅੱਜ ਸਰਕਾਰੀ ਛੁੱਟੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਬਾਪੂ ਜੀ, ਲੋਕੀ ਕਹਿੰਦੇ ਵੀ ਸਰਕਾਰੀ ਦਫ਼ਤਰ ਬੰਦ ਨੇ ਤਾਂ ਮਜ਼ਦੂਰ ਅੱਜ ਦਿਹਾੜੀ ਕਰਨ ਜਾਣਗੇ? ਅਸੀਂ ਧੱਕੇ ਖਾਣ ਡਿਆ, ਸਾਡੇ ਘਰ ਆਟਾ ਹੈ ਨਹੀਂ, ਅਸੀਂ ਤਾਂ ਆਏ ਹਾਂ ਕੰਮ ਤੇ। ਹਾਂ, ਜਾਂ ਤੇ ਫਿਰ ਤੂੰ ਦੇ ਜਾ ਆਟਾ, ਅੱਜ ਆਇਆ ਤੇ ਹੈਗਾ ਹੀ ਆ। ਮੈਨੂੰ ਕਹਿ ਰਹੇ ਹੋ ਜੀ? ਹੋਰ ਦੇਖੋ, ਪੈਸੇ ਹੋਣੇ ਹੀ ਆ, ਤੈਨੂੰ ਤਾਂ ਭਗਵੰਤ ਮਾਨ ਨੇ ਭੇਜਿਆ ਹੋਊ। ਨਹੀਂ ਨਹੀਂ, ਮੈਨੂੰ ਨੀ ਜੀ, ਆਪਾਂ ਲੋਕਾਂ ਦੀ ਗੱਲ ਰੱਖਣ ਵਾਸਤੇ ਆਏ ਆ, ਤੁਹਾਡੇ ਵਾਸਤੇ ਆਏ। ਲੋਕਾਂ ਦੀ ਗੱਲ ਸੁਣਨੀ ਨੀ ਸਰਕਾਰ ਨੇ ਜੀ? ਕਾਰਨ ਕੀ ਮੰਨਦੇ ਹੋ? ਉਹਨਾਂ ਦੇ ਵੋਟਾਂ ਚਾਹੀਦੀਆਂ,
ਜਲੰਧਰ ਜਿਵੇਂ ਜੇ ਇਲੈਕਸ਼ਨ ਆ ਰਹੇ ਨੇ ਜ਼ਮੀਨੀ ਚੋਣ ਤੁਸੀਂ ਜਲੰਧਰ ਤੋਂ ਹੀ ਹੋ? ਹਾਂ, ਗੜੇ ਤੋਂ ਆ ਇੱਥੇ। ਅੱਛਾ, ਕਿਵੇਂ ਦੇਖਦੇ ਹੋ ਮਾਹੌਲ, ਕੀ ਕਹਿ ਰਿਹਾ ਜਲੰਧਰ ਦਾ? ਮਾਹੌਲ ਇਹ ਕਹਿ ਰਿਹਾ ਕਿ ਮੇਰਾ ਖਿਆਲ ਨਾਲ ਭਗਵੰਤ ਮਾਨ ਨੂੰ ਤੇ ਵੋਟ ਨਾਲ ਜਿਹੜੀ ਗਲਤੀ ਨਾ ਮੈਨੂੰ ਪਾਉਣੀ। ਹਾਂ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਪੂ ਜੀ। ਅੱਜ ਲੇਬਰ ਦਿਵਸ ਹੈਗਾ ਆ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਕਹਿਣਾ ਕਿਆ ਹੈ, ਮੈਂ ਤਾਂ ਵੈਸੇ ਤੁਹਾਨੂੰ ਗੱਲ ਦੱਸ ਦਿੰਦਾ, ਉਦਾਹਰਣ ਤੌਰ ਤੇ ਵੀ ਆ ਜਿਹੜਾ ਹੁਣ ਇਹਨਾਂ ਦਾ ਬਈਆਂ ਦਾ ਰੋਲਾ, ਇਹ ਆਪਣੇ ਜਾ ਕੇ ਮਿਨਿਸਟਰਾਂ ਨਾਲ ਗੱਲ ਘੁੱਟਣ ਜਾ ਕੇ, ਉੱਥੇ ਜਾ ਕੇ ਉਹਨਾਂ ਨੂੰ ਦੱਸਣ, ਉਹਨਾਂ ਨੇ ਜਾ ਕੇ ਜਿਹੜਾ ਰੋਸ ਮਜਾ ਰਹੇ ਆ ਕੰਨ ਜਾ ਕੇ, ਹੈ ਕਿ ਨਹੀਂ? ਉਹਨਾਂ ਆਪੇ ਹੀ ਮਿਨਿਸਟਰ ਕੁਛ ਕਰਨ ਇਹਨਾਂ ਵਾਸਤੇ, ਸੋਚਣ ਕਰਨ ਕੁਛ ਆਪਣੀ ਸਟੇਟ ਵਾਸਤੇ, ਜਿੰਨੀ ਬੇਰੁਜ਼ਗਾਰੀ ਇੱਧਰ ਆ ਕੇ ਪਾਈ ਹੋਈ। ਅਤੇ ਪੰਜਾਬੀ ਤੁਹਾਨੂੰ ਘੱਟ ਇੱਥੇ ਕਿਉਂ ਦੇਖਣ ਨੂੰ ਮਿਲ ਰਹੇ? ਪੰਜਾਬੀਆਂ ਦਾ ਕੀ ਕਾਰਨ ਹੈ ਜਿਹੜਾ ਇੱਥੇ ਲੇਬਰ ਨਹੀਂ ਕਰ ਰਹੇ? ਪੰਜਾਬੀ ਵੈਸੇ ਜਨਸੰਖਿਆ ਦੇ ਹਿਸਾਬ ਨਾਲ ਵਾਲਿਆ ਨਾ, ਜਨਸੰਖਿਆ ਜਿੱਦਾਂ ਕੋਈ ਆਪਣੇ ਕੋਈ ਵਿਦੇਸ਼ਾਂ 'ਚ ਗਿਆ ਹੋਇਆ, ਕੋਈ ਕਿਸੇ ਪਾਸੇ ਲੱਗਾ ਹੋਇਆ, ਕੋਈ ਤਾਂ ਆਪਣਾ ਟਾਈਮ ਪਾਸ ਕਰ ਰਿਹਾ ਹੈ, ਕੋਈ ਜ਼ਰੂਰੀ ਨਹੀਂ ਆਪਾਂ ਕਹਿ ਸਕਦੇ ਹੈਗੇ। ਬਹੁਤ ਸਾਰੇ ਲੋਕ ਹੈਗੇ ਆ ਜਿਹਨੇ ਹੁਣ ਬੇਰੁਜ਼ਗਾਰ ਜ਼ਿਆਦਾ ਹੈਗੇ, ਬੇਰੁਜ਼ਗਾਰੀ ਜ਼ਿਆਦਾ। ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਆ, ਮਜ਼ਦੂਰ ਆ ਕੰਮ 'ਤੇ ਆ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਛੁੱਟੀ ਹੈਗੀ ਹੁਣ ਮਜ਼ਬੂਰ ਆ ਜਿਹੜਾ ਜਿਹੜਾ ਇੰਨਾ ਗੁਜ਼ਾਰਾ ਨਹੀਂ ਗਾ, ਜੇ ਉਹਦੇ ਇੰਨੇ ਬੈਨੀਫਿਟ ਹੋ ਗਏ ਉਹਨੂੰ ਕੀ ਲੋੜ ਪਈ ਹੈਗੀ, ਉਹ ਵੀ ਛੁੱਟੀ ਕਰ ਸਕਦਾ, ਉਹ ਵੀ ਆਪਣਾ ਘਰ ਨਹਾਵੇ ਧੋਵੇ, ਆਪਣਾ ਟੈਨਸ਼ਨ ਫਰੀ ਹੋਵੇ ਅਤੇ ਆਪਣਾ ਘਰ ਰੈਸਟ ਕਰੇ, ਉਹਨੂੰ ਮਜ਼ਬੂਰੀ ਆ, ਬੇਰੁਜ਼ਗਾਰੀ ਜ਼ਿਆਦਾ ਆ, ਕੀ ਕਰੂੰਗਾ ਜ਼ਿਆਦਾ ਆਪਾਂ ਫਾਲਤੂ ਗੱਲ ਕੀ ਕਰ ਸਕਦੇ ਇਸ ਤੋਂ ਜ਼ਿਆਦਾ। ਹਾਂਜੀ, ਅਗਰ ਬਹੁਤਾ ਬੋਲਣ ਚੱਕਰ ਹੋਵੇ, ਬਾਣੀ 'ਚ ਵੀ ਲਿਖਿਆ ਹੋਇਆ ਬਹੁਤਾ, ਜੇ ਆਪਾਂ ਰੌਲਾ ਪਾਵਾਂਗੇ ਉਹਦੇ ਨਾਲ ਸਾਨੂੰ ਘਾਟਾ ਹੀ ਆ। ਕਿੰਨੀ ਉਮਰ ਬਾਪੂ ਜੀ ਤੁਹਾਡੀ? ਸਾਡੀ ਹੈਗੀ ਆ 70 ਸਾਲ ਦੀ ਉਮਰ। ਇਹ ਮਿਸਤਰੀ ਦਾ ਕੰਮ ਕਰਦੇ ਤੁਸੀਂ? ਇਹ ਕੰਮ ਕਰੀ। ਅੱਛਾ ਜੀ।